ਕਿਤਾਬ ਗੁਲਜ਼ਾਰ ਫਜ਼ਲ, ਉਨਵਾਨ ਹੈ ਏਕ ਤਹਿਸੀਲਦਾਰ ਦੀ ਮਾਜ਼ੂਲੀ ਦਾ ਵਾਕਿਆ। ਵਿੱਚ ਤਹਿਸੀਲ ਫਤਿਹ ਜੰਗ ਵਾਲੀ ਹਾਕਮ ਸੀ ਇੱਕ ਭਾਈ, ਸੀ ਤਹਿਸੀਲ ਦਾ ਮਾਲਕ ਅਫਸਰ ਬੈਠਾ ਹੁਕਮ ਚਲਾਈ। ਉਹ ਹਿੰਦੂ ਸੀ ਮਿਆਨੀ ਉਮਰ ਦਾ, ਵੋ ਹਿੰਦੂ ਸੀ ਮਿਆਨੀ ਉਮਰਾਂ ਦਰ ਸਾਬਰ ਦੇ ਆਇਆ। ਅਰਜ਼ ਸੁਣਾਈ ਸਾਬਰ ਤਾਈਂ ਫੌਰਨ ਮਤਲਬ ਪਾਇਆ। ਅਰਜ਼ ਕਰੇ ਯਾ ਕਿਬਲਾ ਆਲਮ ਜੋ ਕਮ ਆਜਜ਼ ਲਾਇਕ, ਹੁਕਮ ਹਜ਼ੂਰ ਦਾ ਸਿਰ ਪਰ ਮਨਸਾ ਨਾਲ ਦਲੀਲਾਂ ਫਾਇਕ। ਵਿੱਚ ਮਜਲਿਸ ਉਹ ਸੁਖਨ ਸੁਣਾਇਆ, ਸੁਣਿਆ ਖਾਸਾ ਆਮਾ, ਦੁਨੀਆਦਾਰ ਜੋ ਗਰਜ਼ਾਂ ਵਾਲੇ ਰੱਖੀ ਹੁਡ ਤਮਾਮਾ। ਛੇ ਸੱਤ ਹੁਕਮ ਹਜ਼ੂਰ ਦੇ ਲੈ ਗਏ ਪਾਸ ਉਸ ਤਹਿਸੀਲਦਾਰੇ, ਚੁੰਮ ਅੱਖੀ ਨਾਲ ਸਿਰ ਪਰ ਮੰਨੇ ਵਿਗੜੇ ਕੰਮ ਸੰਵਾਰੇ। ਇੱਕ ਸਵਾਲੀ ਆਦਰ ਸਾਬਰ ਅਰਜ਼ ਕਰੇ ਤੇ ਰੋਵੇ, ਹਜ਼ਰਤ ਮੈਂ ਪਰ ਸਖਤ ਮੁਸੀਬਤ ਨਜ਼ਰੇ ਕਰਮ ਜੇ ਹੋਵੇ। ਖਤ ਹੁਕਮ ਦਾ ਤਰਫ ਹਾਕਿਮ ਦੇ ਉਹ ਅਨਾਇਤ ਕਰਕੇ, ਛੁੱਟ ਜਾਵਾਂ ਮੈਂ ਕੈਦੀ ਕੋਲੋਂ ਅਰਜ਼ ਕਰਾਂ ਮਰ ਕੇ। ਮਨ ਸਵਾਲ ਹਜ਼ੂਰ ਅਨਵਰ ਨੇ ਫੌਰਨ ਖਤ ਲਿਖਾਇਆ, ਆਪਣੀ ਮੋਹਰ ਲਗਾ ਕਰ ਖਤ ਪਰ ਹੱਥ ਸਾਇਲ ਪਕੜਾਇਆ। ਉਸਨੇ ਅਰਜ਼ ਕੀਤੀ ਯਾ ਕਿਬਲਾ ਮੈਂ ਤੇ ਹੱਥ ਨਾ ਲਾਵਾਂ, ਲੈ ਜਾਵਾਂ ਪਰ ਪਹੁੰਚ ਨਹੀਂ ਮੇਰੀ, ਕੀ ਕਰ ਖਤ ਪਹੁੰਚਾਵਾਂ। ਆਪਣਾ ਕਾਸਦ ਭੇਜੋ ਹਜ਼ਰਤ ਜਿਹੜਾ ਖਤ ਪਹੁੰਚਾਵੇ, ਮੈਂ ਆਜਜ਼ ਦਾ ਮਤਲਬ ਹਜ਼ਰਤ ਆਪ ਬਹਮ ਲਿਆਵੇ। ਵੱਡੇ ਬਾਈ ਸਾਬਰ ਸਾਹਿਬ ਦੇ ਮੀਆਂ ਨੂਰ ਅਹਿਮਦ ਜਾਣੋ, ਨੂਰ ਅਹਿਮਦ ਦੇ ਬੇਟੇ ਮੀਆਂ ਗੁਲਾਮ ਹੁਸੈਨ ਪਛਾਣੋ, ਮੀਆਂ ਗੁਲਾਮ ਹੁਸੈਨ ਦੇ ਬੇਟੇ ਮੁਹੰਮਦ ਹੁਸੈਨ ਪਿਆਰੇ। ਇਹ ਮਜ਼ਕੂਰ ਸੁਣਾਇਆ ਉਹਨਾਂ ਬੈਠਿਆਂ ਵਿੱਚ ਦਰਬਾਰੇ, ਹਾਜ਼ਰ ਮਜਲਿਸ ਦਾਦਾ ਸਾਹਿਬ ਬੈਠਾ ਸਾਂ ਮੈਂ ਭਾਈ, ਤਰੇ ਰੁਪਈਏ ਖਰਚ ਗੱਡੀ ਦਾ ਮਿਲਿਆ ਸ਼ਹਿਨਸ਼ਾਹੀ। ਖਤ ਪਕੜਾਵਨ ਤੇ ਫਰਮਾਵਨ ਲੈ ਜਾ ਇਹ ਤਹਿਸੀਲਾਂ, ਹਾਕਮ ਦੇ ਹੱਥ ਖਤ ਚਾ ਦੇਵੀਂ, ਹਾਜਤ ਨਹੀਂ ਵਕੀਲਾਂ। ਘਾਰ ਹੋਇਆ ਤਾਂ ਘਾਰ ਚਾ ਦੇਵੀਂ ਜਾਂ ਕਚਹਿਰੀ ਜਾਵੀਂ, ਜਖ ਜਖ ਨਾ ਕਰਨਾ ਪਿਆਰੇ ਹਾਕਮ ਦੇ ਹੱਥ ਪਾਵੀਂ। ਤਾਂ ਮੈਂ ਅਰਜ਼ੀ ਕੀਤੀ ਯਾ ਹਜ਼ਰਤ ਸੰਗੀ ਸੰਗ ਰਲਾਓ, ਜਾਸਾਂ ਹੁਕਮ ਉਠਾਸਾਂ ਸਰ ਪਰ ਸਿਰ ਪਰ ਕਰ ਤਕੀਦ ਸੁਝਾਓ। ਕਰ ਫਰਮਾਨ ਰਲਾਮਨ ਸੰਗੀ ਪਹੁੰਚੇ ਚੱਲ ਤਹਿਸੀਲਾਂ, ਪੇਸ਼ ਮੁਕਦਮਾ ਹਾਕਮ ਅੱਗੇ ਲੱਗੇ ਕਰਨ ਦਲੀਲਾਂ। ਕਰ ਬਰਖਾਸ ਕਚਹਿਰੀ ਆਵਨ ਤਾਂ ਇਹ ਖਤ ਪਹੁੰਚਾਵਨ, ਫਿਰ ਦਲੀਲ ਦਿਲੇ ਵਿੱਚ ਆਈ ਕਿਉਂ ਹੁਣ ਪਏ ਸੰਗਾਵਾਂ। ਲੈ ਕੇ ਹੁਕਮ ਸ਼ਹਿਨਸ਼ਾਹ ਆਏ ਇਹ ਹੈ ਕੌਣ ਵਿਚਾਰਾ, ਮੇਦ ਉੱਪਰ ਮੈਂ ਖਤ ਚਾ ਧਰਿਆ ਕੀਤਾ ਨਾ ਸਹਾਰਾ। ਲੈ ਕੇ ਖਤ ਹਾਕਮ ਨੇ ਪੜ੍ਹਿਆ ਪੜ੍ਹ ਕਰ ਵਾਪਸ ਕਰਦਾ, ਉਹ ਫਕੀਰ ਅਦੀਜ਼ ਹੈ ਹਰ ਦਿਲ ਵਾਹਾ ਰੱਬ ਦੇ ਅਮਰਦਾ। ਅੱਗੇ ਜੋ ਕੁਛ ਲਿਖਤ ਸਾਬਰ ਦੀ ਮੈਂ ਵੱਲ ਯਾਰੋ ਆਈ, ਨਾਲ ਦਿਲੇ ਦੇ ਸਰ ਪਰ ਮੰਨੀ ਚੁੰਮ ਅੱਖੀਆਂ ਪਰ ਲਾਈ। ਛੋੜ ਅਦਾਲਤ ਕਰਾਂ ਬੇਅਦਲੀ ਇਹ ਗੱਲ ਰੱਬ ਨਾ ਭਾਵੇ, ਜਿਹੜਾ ਜਾਵੇ ਲਿਖਤ ਲਿਖਾ ਕੇ ਦੌੜ ਮੇਰੇ ਵੱਲ ਆਵੇ। ਹੁਣ ਫਰਮਾਨ ਮੈਂ ਮੂਲ ਨਾ ਮਨਸਾਂ ਸਾਈਂ ਮੋੜ ਲਿਜਾ ਤੂੰ, ਉਹ ਆਖੇ ਮੈਂ ਮੰਦਾ ਨਾ ਹੀ ਮੇਰੀ ਅਰਜ਼ ਸੁਣਾ ਤੂੰ। ਲੈ ਕੇ ਖਤ ਮੈਂ ਵਾਪਸ ਹੋਇਆ ਬੋਲ ਪਿਆ ਉਹ ਸੰਗੀ, ਤੂੰ ਔਲਾਦ ਸ਼ਹਿਨਸ਼ਾਹ ਹੋ ਕੇ ਕੋਈ ਦੁਆ ਨਾ ਮੰਗੀ, ਤਾਂ ਫਿਰ ਮੁੜ ਕੇ ਰੱਖ ਦਲੇਰੀ ਇਹ ਕੁਛ ਸੁਖਨ ਸੁਣਾਇਆ। ਅੱਜ ਅਜੋਕੇ ਰੋਜ਼ ਦੇ ਹਾਕਮ ਜੇ ਦਰ ਸਾਬਿਰ ਆਇਆ, ਤਾਂ ਸਮਝੀ ਜੇ ਹੁਕਮ ਸ਼ਹਿਨਸ਼ਾਹ ਮੰਨਿਓ ਮੈਂ ਪਰਤਾਇਆ। ਅੱਜ ਸਾਬਰ ਨੇ ਕੁਰਸੀ ਉੱਤੋਂ ਤੱਲੇ ਤੈਨੂੰ ਸਟਿਆ, ਅੱਠਵੇਂ ਰੋਜ਼ ਤੂੰ ਰੋਸੇ ਪਟਸੇ ਮੰਗਸੇ ਪਿਆ ਮੁਆਫ਼ੀ। ਗੁਜ਼ਰਾ ਵੇਲਾ ਹੱਥ ਨਾ ਆਸੀ ਉਜ਼ਰ ਨਾ ਹੋ ਸੀ ਕਾਫੀ। ਇਹ ਗੱਲ ਕਹਿ ਕੇ ਟੁਰ ਪਏ ਉੱਥੋਂ ਜਾਓ ਵਾਪਸ ਆਏ, ਪੇਸ਼ ਹਨਸ਼ਾ ਆਪਣੇ ਉਸਦੇ ਸਾਰੇ ਸੁਖਨ ਸੁਣਾਏ। ਤਾਂ ਫਰਮਾਇਆ ਕਿਬਲਾ ਆਲਮ ਜੋ ਕੁਛ ਕਹਿ ਤੂੰ ਆਇਆ, ਸਖਤ ਜ਼ਵਾਲ ਹੋ ਸੀ ਉਸ ਉੱਪਰ ਬਲ
ਬਲਕਿ ਦੋਣ ਸਵਾਇਆ ਬੇ ਨੌਕਰ ਕਰ ਦਿੱਤਾ ਉਸਨੂੰ ਅੱਲਾ ਮੇਰੇ ਪਿਆਰੇ ਪੀਂਗ ਤਰੋੜੀ ਧਰਤੀ ਡੱਠਾ ਜਿਹੜੀ ਚੜ੍ਹੀ ਉਲਾਰੇ ਹਾਸਲ ਮਤਲਬ ਹੋ ਬੇ ਨੌਕਰ ਅੱਠਵੇਂ ਰੋਜ਼ ਉਹ ਆਇਆ ਗਲ ਮੂੰਹ ਘਾਹ ਪਕੜ ਕੇ ਯਾਰੋ ਸ਼ੋਰ ਕਕਾਰਾ ਪਾਇਆ ਸਾਰੀ ਮਜਲਿਸ ਹਾਜ਼ਰ ਬੈਠੀ ਰੋਂਦੀਆਂ ਦੇਖ ਉਸ ਰੋਵੇ ਬਸ ਕਸੂਰ ਸ਼ਹਿਨਸ਼ਾਹ ਇਸਦਾ ਇਸ ਪਰ ਬਖਸ਼ਿਸ਼ ਹੋਵੇ ਤਾਂ ਫਰਮਾਇਆ ਕਿਬਲਾ ਆਲਮ ਇਸ ਹਾਤੇ ਨਾ ਹੋਸੀ ਇਸ ਇਹਾਤੇ ਨਾ ਹੋਸੀ ਹੋਰ ਹੀ ਆਤੇ ਅੰਦਰ ਜਾ ਕੇ ਗਮ ਦਿਲੇਦਾ ਦੋਸੀ ਬਾਦਸ਼ਾਹਾਂ ਨੂੰ ਤਖਤੋਂ ਸੱਟੇ ਪਕੜ ਬਿਠਾਵੇ ਘਾਈਆਂ ਮੌਲਾ ਬਖਸ਼ਾ ਸਾਬਰ ਸੋਹਣੇ ਖੇਡਾਂ ਅਜਬ ਦਿਖਾਈਆਂ ਉਨਵਾਨ ਮਰਜ਼ ਜਜ਼ਾਮ ਦਾ ਇੱਕ ਨਿਗਾਹ ਨਾਲ ਖਾਤਮਾ ਮੀਆਂ ਮੁਹੰਮਦ ਹਸਨ ਸਾਹਿਬ ਇਹ ਵੀ ਜ਼ਿਕਰ ਸੁਣਾਵੇ ਮਰਜ਼ ਜਜ਼ਾਮ ਦੀ ਹੋ ਗਈ ਮੈਨੂੰ ਖਤਰਾ ਤਾਂ ਘਬਰਾਵੇ ਵਾਲਦ ਸਾਹਿਬ ਵਿੱਚ ਹਜ਼ੂਰ ਦੇ ਨਾਲ ਮੈਨੂੰ ਲੈ ਆਏ ਹਾਜ਼ਰ ਖਿਦਮਤ ਹੋ ਕਰ ਮੇਰੇ ਹੱਥ ਦੇ ਪੈਰ ਦਿਖਾਏ ਮੇਰੇ ਹੱਥ ਤੇ ਪੈਰ ਦਿਖਾਏ ਯਾ ਚਾਚਾ ਦਰ ਆਪਦੇ ਆਇਆਂ ਸਾਰੀਆਂ ਮਰਦਾਂ ਜਾਵਣ ਪੁੱਤਰ ਮੇਰਾ ਹੋਇਆ ਜਜ਼ਾਮੀ ਰੋ ਰੋ ਹਾਲ ਸੁਣਾਵਣ ਸੁਣ ਕੇ ਅਰਦੀ ਸ਼ਹਿਨਸ਼ਾਹ ਨੇ ਇਹ ਫਰਮਾਨ ਸੁਣਾਇਆ ਗਿਆ ਨੁਖਟ ਜਜ਼ਾਮ ਦਾ ਦਾਰੂ ਅਜੇ ਨਾ ਹੋਰ ਬਣਾਇਆ ਛੋੜ ਜਾ ਮੇਰੇ ਪਾਸ ਤੂੰ ਇਸ ਨੂੰ ਦਾਰੂ ਹੋਰ ਬਣਾ ਥਾਂ ਕੁਝ ਦਿਨ ਆਪਣੇ ਪਾਸ ਬਿਠਾ ਕੇ ਦਾਰੂ ਆਪ ਖਲਾਸਾਂ ਛੋੜ ਕੇ ਮੈਨੂੰ ਵਾਲਦ ਸਾਹਿਬ ਆਪ ਗਏ ਉੱਠ ਘਰ ਨੂੰ ਵਾਹ ਵਾਹ ਸ਼ਾਨ ਸ਼ਹਿਨਸ਼ਾਹ ਤੇਰਾ ਆਖਾਂ ਧਨ ਫਕਰ ਨੂੰ ਚੜ੍ਹ ਕੇ ਪੜੀ ਮੁਬਾਰਕ ਉੱਤੇ ਥੋੜ੍ਹੀ ਦੇਰ ਗੁਜ਼ਾਰਨ ਹਯਾਤ ਬਖਸ਼ਦੀ ਪਾਣੀ ਮੰਗਣ ਮੈਨੂੰ ਫਿਰ ਪੁਕਾਰਨ ਦਿੱਤਾ ਪਾਣੀ ਹਯਾਤ ਬਖਸ਼ ਨੇ ਨੋਚ ਸਾਬਰ ਫਰਮਾਇਆ ਕੁਝ ਕੂਜ਼ੇ ਵਿੱਚ ਛੋੜਨ ਪਾਣੀ ਮੈਨੂੰ ਜਾ ਪਕੜਾਇਆ ਪੀ ਲੈ ਪਾਣੀ ਇਸ ਕਰਵੇ ਥੀ ਅਪਰ ਕੁਝ ਨਾ ਛੋੜੀ ਇੱਕੋ ਛੀਕ ਲਗਾ ਕੇ ਪੀ ਜਾ ਕਤਰੇ ਕਦਰ ਨਾ ਮੋੜੀ ਹੁਕਮ ਮੁਤਾਬਕ ਪੀਤਾ ਪਾਣੀ ਕਰਵਾ ਕੀਤਾ ਖਾਲੀ ਦੋ ਦਿਨ ਹੋਰ ਪਿਲਾਵਣ ਪਾਣੀ ਉਸੇ ਤੌਰ ਸ਼ਾਹ ਆਲੀ ਤੀਜੇ ਰੋਜ਼ ਕਿਹਾ ਨੇ ਮੈਨੂੰ ਪਾਣੀ ਖੂਬ ਪਿਲਾ ਕੇ ਦਸ ਵਜੂਦ ਤੂੰ ਆਪਣਾ ਮੈਨੂੰ ਕੰਡੀਓਂ ਕੁਰਤਾ ਲਾ ਕੇ ਹੁਕਮ ਮੁਤਾਬਕ ਸ਼ਹਿਨਸ਼ਾਹ ਦੇ ਕੰਡੀਓਂ ਕੁਰਤਾ ਚਾਇਆ ਕਰਕੇ ਨਜ਼ੇ ਕਰਮ ਦੀ ਸਾਬਰ ਇਹ ਮੈਨੂੰ ਫਰਮਾਇਆ ਵਾਲਦ ਤੇਰਾ ਐਵੇਂ ਰੋਵੇ ਤੈਨੂੰ ਮਰਜ਼ ਨਕਾਈ ਜੀਕਰ ਇਲਤ ਮਰਦ ਦੀ ਹੁੰਦੀ ਦੇਂਦੇ ਤਾਂ ਦਵਾਈ ਅੱਗੇ ਇਸ ਦੀ ਚਾਰ ਅੰਦਾਮੋਂ ਹੈ ਸੀ ਪਾਣੀ ਜਾਰੀ ਸੁੱਕ ਗਿਆ ਮੁੜ ਨਜ਼ਰ ਨਾ ਆਇਆ ਹੋਇਆ ਕਰਮ ਗਫਾਰੀ ਇਸ ਦੀ ਪਿੱਛੇ ਅੱਜ ਦਿਨ ਤੋੜੀ ਦੇਖੀ ਮਰਜ਼ ਨਕਾਈ ਛੁਟਕੇ ਜ਼ਖਮ ਸੁੱਕਾ ਸਭ ਪਾਣੀ ਜੁੱਸੇ ਹੋਈ ਸਫਾਈ ਸਾਹਿਲ ਨੂੰ ਜਾਂ ਕੁਰਤੇ ਬਾਬਰ ਸਾਬਰ ਨੇ ਫਰਮਾਇਆ ਮੌਲਾ ਬਖਸ਼ਾ ਇੱਕ ਨਜ਼ਰ ਥੀ ਉਸਦਾ ਕੋੜ ਵੰਜਾਇਆ ਕੋੜ ਦੇ ਖਾਤਮੇ ਦਾ ਦੂਸਰਾ ਵਾਕਿਆ ਹੈ ਦਰਬਾਰੋਂ ਚੜ੍ਹਦੀ ਤਰਫ ਡਹੋਕ ਬਾਬਾ ਦਰਗਾਹੀ ਬੁੱਕਾ ਨਾਮ ਅਵਾਨਾ ਵਿੱਚੋਂ ਕੋੜ ਮਰਜ਼ ਉਸ ਆਹੀ ਚੜ੍ਹੇ ਪੜੀ ਪਰ ਸਾਬਰ ਬੁੱਕਾ ਬੈਠਾ ਆਚੋ ਪੀਤਾ ਹਾੜ ਮਹੀਨਾ ਧੁੱਪ ਜਲਾਵੇ ਉਸ ਇਰਾਦਾ ਕੀਤਾ ਅੱਜ ਦਿਹਾੜੀ ਧੁੱਪਾਂ ਉੱਪਰ ਬਹਿ ਕੇ ਚੁੱਪ ਗੁਜ਼ਾਰਾਂ ਮਤ ਸਾਬਰ ਨਜ਼ਰੇ ਕਰਮ ਦੀ ਕੱਢੇ ਕੁੱਲ ਆਧਾਰਾਂ ਪੜੀ ਦੇ ਪੈਰਾਂ ਵਾਲੇ ਪੈਸੇ ਪਾਸੇ ਬੈਠ ਰਿਹਾ ਉਹ ਭਾਈ ਜਾਂ ਉੱਠ ਬੈਠੇ ਕਿਬਲੇ ਆਲਮ ਇਹ ਫੌਰਨ ਫਰਮਾਈ ਅੱਜ ਕੋਈ ਕੱਪੜਾ ਸਾਫੇ ਸੰਧਾ ਮੇਰੇ ਕੋਲ ਲਿਆਵੇ ਭੇੜੀ ਮਰਜ਼ ਜੁਜ਼ਾਮੀ ਕੋਲੋਂ ਤੁਰਤ ਖੁਲਾਸੀ ਪਾਵੇ ਉੱਠ ਖੁਲਾ ਉਹ ਸਾਹਿਲ ਉੱਠ ਖਲਾ ਉਹ ਸਾਹਿਲ ਜਲਦੀ ਰੇਜ਼ਾ ਤੁਰਤ ਲਿਆਇਆ ਕਰਤ ਅਜ਼ੀਮ ਉਹ ਕੱਪੜਾ ਯਾਰੋ ਪੇਸ਼ ਹਜ਼ੂਰ ਟਕਾਇਆ ਤਿੰਨ ਗਜ਼ ਕੱਪੜਾ ਸ਼ਹਿਨਸ਼ਾਹ ਨੇ ਪਾੜ ਲਿਆ ਉਸ ਨਾਲੋਂ ਹੁਕਮ ਦਿੱਤਾ ਵੰਝ ਨਹਾ ਖੂਹੇ ਪਰ ਮਰਜ਼ ਗਈ ਹਰ ਬਾਲੂ ਹੁਕਮ ਮੁਤਾਬਿਕ ਸਾਹਿਲ ਜਾ ਕੇ ਖੂਹੇ ਉੱਪਰ ਨਹਾਵੇ
ਇਸ ਮਰਜ਼ ਮਰਜ਼ਾਂ ਕੋਲੋਂ ਤੁਰਤ ਖਲਾਸੀ ਪਾਵੇ। ਸਾਬਤ ਹੋਏ ਅੰਦਾਮ ਤਮਾਮੀ, ਮੌਲਾ ਅਰਜ਼ ਵੰਜਾਈ, ਮੌਲਾ ਬਖਸ਼ ਨਾ ਕੋਈ ਹੋਸੀ, ਐਸਾ ਵਲੀ ਇਲਾਹੀ। ਕੋੜ ਦਾ ਤੀਸਰਾ ਵਾਕਿਆ। ਚੜ੍ਹਦੀ ਤਰਫ ਹੈ ਦਰਬਾਰੋਂ ਨਾਲ ਗੋੜਾ ਇੱਕ ਮੋੜਾ, ਜੰਗ ਹੈ ਨਾਮ ਨਾਮ ਅਤੇ ਨਸਬ ਆਵਾਨਾ ਹੋ ਗਿਆ ਉਹ ਕੋਹੜਾ। ਆ ਕੇ ਅਰਜ਼ ਕੀਤੀ ਜੰਗ ਖਾਨੇ, ਨਜ਼ਰੇ ਕਰਮ ਦੀ ਹੋਵੇ, ਬਾਲ ਆਲਥੀ ਹੋਇਆ ਅਲੈਦਾ, ਹੰਝੂ ਭਰ ਭਰ ਰੋਵੇ। ਤੂੰ ਐ ਸ਼ਾਹ ਵਲਾਇਤ ਸਾਬਰ, ਆਇਆ ਮੈਂ ਸਵਾਲੀ, ਸਖੀਆਂ ਦੇ ਦਰਸਾਏ ਲਾ ਕੇ ਕਦੀ ਨਾ ਮੁੜਿਆ ਖਾਲੀ। ਰਹਿਮਤ ਨਜ਼ਰ ਹੋਵੇ ਇੱਕ ਜੀਕਰ ਫੇਰ, ਰੁਲਾ ਇੱਕ ਵਾਰੀ, ਆਲੀ ਫੈਜ਼ ਕਮਾਲੀ ਵਿੱਚੋਂ ਰਹਿਮਤ ਕਤਰਾਕਾਰੀ। ਹਜ਼ਰ ਕਿਹਾ ਆਖ ਜੁਮੇ ਨੂੰ ਦਾਰੂ ਲੈ ਕਰ ਖਾਵੇਂ, ਰੱਖ ਪ੍ਰੇਤ ਵੀ ਪੁੱਛ ਲੈ ਉਸਤੀ ਅਮਰ ਬਜਾ ਲੈ ਆਵੀਂ। ਬੱਧੇ ਹੱਥ 'ਤੇ ਉੱਠ ਖਲੋਤਾ, ਦਾਰੂ ਮੂਲ ਨਾ ਖਾਸਾਂ, ਫਜ਼ਲ ਦੀਆਂ ਦਰਿਆਵਾਂ ਵਿੱਚੋਂ ਰਹਿਮਤ ਬਖਰਾ ਪਾਸਾਂ। ਤਾਂ ਉਹ ਬਹਿਰੇ ਰਹੀਮੀ ਵਾਲਾ ਜੋਸ਼ ਐਸੇ ਵਿੱਚ ਆਇਆ, ਸਫਕਤ ਨਾਲ ਬੁਲਾ ਕੇ ਉਸਨੂੰ ਆਪਣੇ ਪਾਸ ਬਿਠਾਇਆ। ਘਰ ਥੀ ਜਾ ਕੇ ਲੇ ਕੱਪੜਾ ਇੱਕ ਉਛਾੜ ਤਲਾਈ, ਮੁੜ ਕੇ ਤੱਕ ਤਮਾਸ਼ਾ ਆ ਕੇ ਅੱਲਾ ਕਿਆ ਦਿਖਾਈ। ਤੁਰਤ ਗਿਆ ਉੱਠ ਲੈਵਣ ਕੱਪੜਾ, ਰੇਜ਼ਾ ਇੱਕ ਲੈ ਆਇਆ, ਰੱਖ ਦਿੱਤਾ ਉਹ ਪੇਸ਼ ਸ਼ਹਿਨਸ਼ਾਹ ਤਾਂ ਸਾਬਰ ਫਰਮਾਇਆ। ਹਾਜ਼ਰ ਮਜਲਿਸ ਸਾਰੇ ਸੰਗੀ ਰਲ ਮਿਲ ਹੱਥ ਉਠਾਓ, ਆਖੋ ਜ਼ਾਤ ਲਾਈ ਅੱਗੇ ਇਸ ਦੀ ਜਾਨ ਛੁੜਾਓ। ਫਿਰ ਫਰਮਾਇਆ ਆਪਣਾ ਜੁੱਸਾ ਮੇਰੇ ਨਾਲ ਲਗਾ ਤੂੰ, ਖੂਹ ਮੇਰੇ ਪਰ ਨਹਾਲੇ ਜਲਦੀ ਪਾਣੀ ਖੂਬ ਵਗਾ ਤੂੰ। ਖੂਨ ਅਲੂਦਾ ਜ਼ਖਮੀ ਜੁੱਸਾ ਮਲਿਆ ਉਸ ਬਣਾ ਕੇ, ਪਾਰਸ ਨੇ ਕਰ ਦਿੱਤਾ ਸੋਨਾ ਲੋਹਾ ਨਸਲ ਮਿਲਾ ਕੇ। ਨਾਤਾ ਗੋੜ ਗਮਾਤਾ ਪਲ ਵਿੱਚ ਮੁੜਿਆ ਕੱਪੜੇ ਲਾ ਕੇ, ਵਿੱਚ ਪੁਛਾਣ ਨਾ ਆਵੇ ਯਾਰੋ ਜਾਨ ਮੁੜ ਆਇਆ ਨਹਾ ਕੇ। ਜਿਵੇਂ ਬਦਲੀ ਥੀ ਬਾਹਰ ਨਿਕਲੇ ਚੌਦਵੀਂ ਚੰਨ ਨੂਰਾਨੀ, ਮੌਲਾ ਬਖਸ਼ਾ ਪੀਰ ਮੇਰੇ ਦਾ ਜੱਗ ਵਿੱਚ ਕੋਈ ਨਾ ਸਾਨੀ।